2012 ਬਾਈਦੀ ਇਲੈਕਸ਼ਨ ਸੀਗੀ ਤੇ ਉਦੋਂ ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਸੀਗਾ ਗਰੰਟੀ ਦਿੱਤੀ ਸੀਗੀ ਕਿ ਅਸੀਂ ਚੋਣਾਂ ਤੋਂ ਬਾਅਦ ਜਿੱਤਣ ਤੋਂ ਬਾਅਦ ਹਰ ਘਰ ਦੇ ਵਿੱਚ 600 ਯੂਨਿਟ ਬੱਤੀ ਜਿਹੜੀ ਆ ਉਹ ਫ੍ਰੀ ਦੇਵਾਂਗੇ ਮੈਨੂੰ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅਸੀਂ ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਵਾਅਦਾ ਜਿਹੜਾ ਆਪਣਾ ਪੂਰਾ ਕਰ ਦਿੱਤਾ ਸੀਗਾ 1 ਜੁਲਾਈ ਤੋਂ ਲੈ ਕੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ 600 ਯੂਨਿਟ 2 ਮਹੀਨਿਆਂ ਦਾ ਬਿਜਲੀ ਜਿਹੜੀ ਆ ਉਹ ਫ੍ਰੀ ਦਿੱਤੀ ਜਾ ਰਹੀ ਹੈ। ਗੱਲ ਕਰੀਏ ਕਿ ਕਿੰਨੇ ਕੁ ਪਰਸੈਂਟ ਲੋਕ ਜਿਹੜੇ ਨੇ ਜਾਂ ਘਰ ਜਿਹੜੇ ਨੇ ਜਿਨ੍ਹਾਂ ਨੂੰ ਬਿਜਲੀ ਜਿਹੜੀ ਆ ਇਸ ਇਸ ਜਿਹੜੀ ਸਕੀਮ ਸੀਗੀ ਉਹਦਾ ਫਾਇਦਾ ਲੈ ਚੁੱਕੇ ਨੇ ਤੇ ਅੱਜ ਤੱਕ ਤੇ ਜੋ ਡਾਟਾ ਸਾਡੇ ਕੋਲ ਹੈ ਉਹਦੇ ਵਿੱਚ 87% ਲੋਕਾਂ ਦੇ ਪੰਜਾਬ ਦੇ 87% ਘਰਾਂ ਦੇ ਬਿਜਲੀ ਦੇ ਬਿੱਲ ਜਿਹੜੇ ਨੇ ਇਹ ਜ਼ੀਰੋ ਜਨਰੇਟ ਹੋ ਗਏ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ-ਜਿਵੇਂ ਸਰਦੀ ਜਿਹੜੀ ਆ ਵਧ ਰਹੀ ਆ ਤੁਹਾਨੂੰ ਪਤਾ ਹੈ ਕਿ ਸਰਦੀ ਦੇ ਵਿੱਚ ਬਿਜਲੀ ਦੀ ਕੰਜ਼ਮਪਸ਼ਨ ਜਿਹੜੀ ਆ ਉਹ ਘਟ ਜਾਂਦੀ। ਸੋ ਜਿਵੇਂ-ਜਿਵੇਂ ਬਿਜਲੀ ਦੀ ਕੰਜ਼ਮਪਸ਼ਨ ਜਿਹੜੀ ਘਟੇਗੀ ਆਉਣ ਵਾਲੇ ਸਮੇਂ ਦੇ ਵਿੱਚ ਆ ਦਸੰਬਰ ਜਨਵਰੀ ਇਹਦੇ ਵਿੱਚ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਾਫੀ ਸਰਦੀ ਪੈਂਦੀ ਆ। ਤੇ ਇਹ ਬਿਜਲੀ ਦੇ ਜਿਹੜੇ ਬਿੱਲ ਘਰਾਂ ਦੇ ਨੇ ਫ੍ਰੀ ਇਹ 95% ਚਲੇ ਜਾਣਗੇ ਜੋ ਸਾਡੇ ਕੋਲ ਜਿਵੇਂ ਦੇ ਡਾਟਾ ਮਜੂਦ ਹੈ 95% ਲੋਕਾਂ ਦੇ ਪੰਜਾਬ ਦੇ ਵਿੱਚ ਬਿਜਲੀ ਦੇ ਘਰਾਂ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਹੋ ਜਾਣਗੇ ਕੁਝ 4% 4-5% ਲੋਕ ਜਿਹੜੇ ਨੇ ਉਹੀ ਇਹ ਕਸਟਮਰ ਜਿਹੜੇ ਆ ਉਹ ਰਹਿਣਗੇ ਉਹ ਵੀ ਜਿਹੜੇ 600 ਯੂਨਟ ਤੋਂ ਵੱਧ ਬਿਜਲੀ ਜੜੀ ਆ ਉਹ ਬਾਲਣਗੇ ਇਸ ਤੋਂ ਇਲਾਵਾ ਅਸੀਂ ਇਸ ਝੋਨੇ ਦੇ ਸੀਜ਼ਨ ਦੌਰਾਨ ਕਿਉਂਕਿ ਝੋਨਿਆਂ ਦਾ ਸੀਜ਼ਨ ਪੰਜਾਬ ਵਾਸਤੇ ਇੱਕ 올림픽 ਜੇਮਾ ਦੀ ਤਰ੍ਹਾਂ ਹੁੰਦਾ ਹੈ ਬੜੇ ਪ੍ਰਬੰਧ ਕਰਨੇ ਪੈਂਦੇ ਨੇ ਉਹਦੇ ਵਾਸਤੇ ਸੋ ਅਸੀਂ ਇਸ ਵਾਰ ਪੰਜਾਬ ਦੇ ਵਿੱਚ ਰਿਕਾਰਡ ਤੋੜ ਬਿਜਲੀ ਜਿਹੜੀ ਆ ਉਹ ਸਪਲਾਈ ਦਿੱਤੀ ਆ ਪੰਜਾਬ ਦੇ ਵਿੱਚ ਪਿਛਲੇ ਸਾਰੇ ਸਰਕਾਰਾਂ ਦੇ ਸਮੇਂ ਦੇ ਰਿਕਾਰਡ ਤੋੜਦਿਆਂ 14311 ਮੈਗਾਵਾਟ ਬਿਜਲੀ ਜਿਹੜੀ ਇਸ ਵਾਰੀ ਪੰਜਾਬ ਨੂੰ ਮਹੱਈਆ ਕਰਵਾਈ ਗਈ ਹੈ ਟਰਾਂਸਮਿਸ਼ਨ ਦੀ ਗੱਲ ਕਰੀਏ 7100 ਦੀ ਕਪੈਸਿਟੀ ਸੀਗੀ ట్రాన్స్‌మిਸ਼ਨ ਦੀ 7100 ਮੈਗਾਵਾਟ ਦੀ ਜਿਹਨੂੰ ਅਸੀਂ ਪਿਛਲੇ 8 ਮਹੀਨਿਆਂ ਦੇ ਵਿੱਚ ਵਧਾ ਕੇ 8500 ਮੈਗਾਵਾਟ ਕੀਤਾ ਇਸ ਤੋਂ ਇਲਾਵਾ ਅਸੀਂ ਹੋਰ ਵੀ ਨਵੇਂ 66 ਕੇਵੀ ਦੇ ਗ੍ਰਿਡ ਜਿਹੜੇ ਆ ਉਹ ਨਵੇਂ ਵੀ ਬਣਾ ਰਹੇ ਆ ਅੰਡਰਗਰਾਊਂਡ ਕੇਬਲਿੰਗ ਵੀ ਕਰ ਰਹੇ ਆ ట్రాన్స్‌ਫਾਰਮਰ ਜਿੱਥੇ ਇੱਕ ਆ ਔਰ ਉਹਨਾਂ ਦੇ ਉੱਤੇ ਲੋਡ ਜ਼ਿਆਦਾ ਹੈ ਉਹਨੂੰ ਵੀ ਅਸੀਂ ਆ ਇੰਪਰੂਵ ਕਰਕੇ ਉੱਥੇ ਡਬਲ ట్రాన్స్‌ਫਾਰਮਰ ਜਿਹੜੇ ਆ ਉਹ ਲਗਾਉਣ ਜਾ ਰਹੇ ਆ ਇਸ ਤੋਂ ਇਲਾਵਾ ਅਸੀਂ ਇਸ ਝੋਨੇ ਦੇ ਸੀਜ਼ਨ ਦੌਰਾਨ ਇੱਕ ਕਿਸੇ ਵੀ ਐਗਰੀਕਲਚਰਲ ਫੀਲਡ ਦੇ ਵਿੱਚ ਜਿੱਥੇ 8 ਘੰਟੇ ਬਿਜਲੀ ਦੀ ਸਪਲਾਈ ਜਿਹੜੀ ਆ ਉਹਦਾ ਪ੍ਰਾਵਧਾਨ ਸੀਗਾ ਪਰ ਪਿਛਲੀਆਂ ਸਰਕਾਰਾਂ ਵੇਲੇ ਇਹ ਬਹੁਤ ਘੱਟ ਬਿਜਲੀ ਦਿੱਤੀ ਗਈ ਹਰ ਵੇਲੇ ਕੋਈ ਨਾ ਕੋਈ ਸਮੱਸਿਆ ਹੀ ਬਣੀ ਰਹਿੰਦੀ ਸੀਗੀ ਅਸੀਂ ਇਸ ਵਾਰ ਕਿਸਾਨ ਭਰਾਵਾਂ ਨੂੰ ਜਿਹੜੀ ਬਿਜਲੀ ਦੀ ਕੋਈ ਕਿਲਤ ਨਹੀਂ ਆਉਣ ਦਿੱਤੀ 8 ਘੰਟੇ 9 ਘੰਟੇ 10 ਘੰਟੇ ਆ ਬਿਜਲੀ ਸਪਲਾਈ ਦਿੱਤੀ ਆ ਔਰ ਅੱਜ ਤੱਕ ਵੀ ਉਹ ਜਿਹੜੀ ਸਪਲਾਈ ਆ ਉਸੇ ਤਰ੍ਹਾਂ ਹੀ ਜਾਰੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਪਲਾਈ ਇਸੇ ਤਰ੍ਹਾਂ ਹੀ ਨਿਰਵਿਘਨ ਜਿਹੜੀ ਆ ਉਹ ਜਾਰੀ ਰਹੂਗੀ ਇੱਕ ਸਾਡੀ ਪਿਸ਼ਵਾੜਾ ਕੋਲ ਮਾਈਨ 2015 ਦੇ ਵਿੱਚ ਝਾਰਖੰਡ ਦੇ ਵਿੱਚ ਸਾਨੂੰ ਪਿਸ਼ਵਾੜਾ ਕੋਲ ਮਾਈਨ ਜਿਹੜੀ ਆ ਉਹ ਅਲਾਟ ਹੋਈ ਸੀਗੀ ਪਰ ਪਿਛਲੀਆਂ ਸਰਕਾਰਾਂ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ 2015 ਤੋਂ ਉਹ ਕੋਲ ਮਾਈਨ ਬੰਦ ਪਈ ਸੀਗੀ ਅਸੀਂ ਉਸ ਕੋਲ ਮਾਈਨ ਨੂੰ ਆਪਰੇਟਿਵ ਕਰ ਦਿੱਤਾ ਆ 60000 ਟਨ ਕੋਲਾ ਜਿਹੜਾ ਆ ਉਹ ਆ ਦਸੰਬਰ ਦੇ ਪਹਿਲੇ ਹਫਤੇ ਸਾਨੂੰ ਉਥੋਂ ਜਿਹੜਾ ਆ ਉਹ ਮਿਲ ਜਾਊਗਾ ਜੇ ਗੱਲ ਕਰੀਏ ਬਿਜਲੀ ਵਿਭਾਗ ਦੇ ਵਿੱਚ ਭਰਤੀ ਦੀ ਤੇ ਇਸ 8 ਮਹੀਨਿਆਂ ਦੇ ਸਮੇਂ ਦੌਰਾਨ ਮੇਰੇ ਕੋਲ ਡਾਟਾ ਹੈ ਮੈਂ ਇਹਨੂੰ ਕੰਪੇਅਰ ਕਰਾਂ ਪਿਛਲੇ 8 ਮਹੀਨੇ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀਗੀ April 17 ਦੇ ਵਿੱਚ March 17 ਦੇ ਵਿੱਚ ਤੇ 8 ਮਹੀਨਿਆਂ ਦੇ ਵਿੱਚ ਸਿਰਫ 543 ਬੰਤਿਆਂ ਨੂੰ ਨੌਕਰੀ ਜੜੀ ਦਿੱਤੀ ਗਈ ਸੀਗੀ ਔਰ ਅਸੀਂ ਇਹ 8 ਮਹੀਨਿਆਂ ਦੇ ਵਿੱਚ 2590 ਜਿਹੜੇ ਸਾਡੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਨੌਕਰੀ ਦਿੱਤੀ ਹੈ ਜੋ ਕਿ ਪਿਛਲੇ 8 ਮਹੀਨਿਆਂ ਦੀ ਕਾਰਗੁਜ਼ਾਰੀ ਨਾਲੋਂ 5 ਗੁਣਾ ਜਿਹੜੀ ਆ ਜ਼ਿਆਦਾ ਸੋ ਮਾਨ ਸਰਕਾਰ ਦਾ ਇਹ ਵਾਦਾ ਸੀਗਾ ਕਿ ਜਦੋਂ ਵੀ ਅਸੀਂ ਪਾਵਰ ਦੇ ਵਿੱਚ ਆਏ ਅਸੀਂ ਆਪਣੇ ਮੁੰਡੇ ਕੁੜੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਾਵਾਂਗੇ ਜੇ ਪੂਰੀ ਸਰਕਾਰ ਦੀ ਗੱਲ ਕਰੀਏ ਤੇ 22000 ਤੇ ਲਗਭਗ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਆ ਔਰ 10000 ਦੇ ਕਰੀਬ ਮੁਲਾਜ਼ਮ ਜਿਹੜੇ ਨੇ ਉਹ ਪੱਕੇ ਵੀ ਕੀਤੇ ਗਏ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਜਿਹੜੀ ਭਰਤੀ ਆ ਇਹਦੀ ਪ੍ਰਕਿਰਿਆ ਜਾਰੀ ਰੱਖਾਂਗੇ ਜਿਵੇਂ ਪੀਐਸਪੀਸੀਐਲ ਦੇ ਵਿੱਚ ਹੀ ਅਸੀਂ ਥੋੜੇ ਸਮੇਂ ਦੇ ਵਿੱਚ ਹੋਰ 2100 ਜਿਹੜੇ ਮੁਲਾਜ਼ਮ ਨੇ ਉਹ ਭਰਤੀ ਕਰਨ ਜਾ ਰਹੇ ਆ 2 ਨਵੰਬਰ ਨੂੰ ਦਾ ਟੈਸਟ ਹੋ ਚੁੱਕਿਆ ਸੀਗਾ ਥੋੜੇ ਸਮੇਂ ਚ ਰਿਜ਼ਲਟ ਦੀ ਉਮੀਦ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਲਦੀ ਉਹ ਵੀ ਜਿਹੜੀ ਭਰਤੀ ਆ ਉਹ ਮੁਕੰਮਲ ਕਰ ਦਵਾਂਗੇ ਸੋ ਆ ਮੈਂ ਇੱਥੇ ਇਹ ਕਹਿਣਾ ਚਾਹੁੰਨਾ ਹੈ ਕਿ ਜਿਸ ਤਰ੍ਹਾਂ ਦੀ ਸਪੀਡ ਦੇ ਨਾਲ ਪਿਛਲੇ 8 ਮਹੀਨੇ ਦੇ ਵਿੱਚ ਆ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤਾ ਆ ਅਸੀਂ ਉਸੇ ਹੀ ਸਪੀਡ ਦੇ ਨਾਲ ਹੋਰ ਬਿਹਤਰੀ ਦੇ ਨਾਲ ਕੰਮ ਜੜਾ ਉਹ ਕਰਦੇ ਰਵਾਂਗੇ ਪੰਜਾਬ ਨੂੰ ਇੱਕ ਬੜੀਆ ਖੁਸ਼ਹਾਲ ਹੱਸਦਾ ਵਸਦਾ ਰੰਗਲਾ ਪੰਜਾਬ ਜਿਹੜਾ ਹੈ ਬਣਾਉਣ ਦੇ ਵਿੱਚ ਕੋਈ ਕਸਰ ਜੜੀ ਆ ਉਹ ਬਾਕੀ ਨਹੀਂ ਛੱਡਾਂਗੇ